kid. Aao dardani mara, mera sidhu moose wala. Assalamualaikum ji, kiddan sare veer bhan bhra mitr beli, ummeed karanga sare veer bhan bhra mitr beli te sehli te naal malak saab ਹਾਂਜੀ ਹਾਂਜੀ ਮਿੱਤਰਾਂ ਦਾ ਵਰਕਮ ਹੈ ਜੀ ਆਪਣੇ ਚੈਨਲ ਮੂਸੇ ਵਾਲਾ ਰਿਐਕਸ਼ਨ ਦੇ ਉੱਤੇ ਤੇ ਬਾਈ ਗੱਲਾਂ ਬਾਤਾਂ ਕਰਨਗੇ ਵੀਰੇ ਦੀ ਤੁਹਾਡਾ ਮੇਰੀ ਤੇ ਤਬੀਅਤ ਦਾ ਜਦੋਂ ਕੋ ਡਾਊਨ ਆ ਤੇ ਨਹੀਂ ਬੋਲਿਆ ਜਾਣਾ ਭਾਈ ਤੇਰੀ ਜਿੰਨੀ ਮਰਜ਼ੀ ਵੀ ਤਬੀਅਤ ਡਾਊਨ ਹੋਏ ਤੇਰਾ ਮੇਰੀ 24 ਘੰਟੇ ਤੇਰੇ ਲਈ ਹਾਜ਼ਰ ਆ ਖੈਰ ਬਾਈ ਗੱਲ ਕਰਦੇ ਅੱਜ ਦੀ ਵੀਡੀਓ ਦੇ ਬਾਰੇ ਤੇ ਅੱਜ ਅਸੀਂ ਸਿੱਧੂ ਮੂਸੇ ਵਾਲਾ ਲਾਸਟ ਇੰਟਰਵਿਊ ਪਾਰਟ 3 ਲੈ ਕੇ ਆਏ ਆ ਤੁਸੀਂ ਪਹਿਲੇ ਦੋ ਪਾਰਟਸ ਦੇਖੇ ਐਂਡ ਸਕਰੀਨ ਤੇ ਮੈਂ ਲਾ ਦਿਆਂਗਾ ਜਿਹਨੇ ਨਹੀਂ ਦੇਖਿਆ ਉਹ ਵੀ ਦੇਖ ਲੇ ਬਹੁਤ ਪਿਆਰ ਦਿੱਤਾ ਤੁਹਾਡਾ ਨੇ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੇ ਇਨਸ਼ਾਅੱਲਾ ਤੁਹਾਡੇ ਸਾਰਿਆਂ ਦੀ ਫਰਮਾਇਸ਼ ਤੇ ਜਿੰਨੀਆਂ ਵੀ ਫਰਮਾਇਸ਼ਾਂ ਕਰੋਗੇ ਸਾਰਿਆਂ ਦੇ ਵੀਡੀਓ ਆਉਣਗੀਆਂ ਕਮੈਂਟ ਕਰਕੇ ਲਾਜ਼ਮੀ ਦੱਸਣਾ ਤੁਸੀਂ ਮੂਸੇ ਵਾਲਾ ਦੇ ਰਿਲੇਟਡ ਕਿਹੜੀ ਵੀਡੀਓ ਤੇ ਰਿਐਕਟ ਦੇਖਣਾ ਚਾਹੁੰਦੇ ਹੋ ਤੇ ਅੱਜ ਅਸੀਂ ਤੀਸਰਾ ਪਾਰਟ ਸ਼ੁਰੂ ਕਰਨ ਲੱਗੇ ਹਾਂ ਲੈਟ ਗੈਟ ਚੈਟ ਤੇ ਸ਼ਟ ਸਾਨੂੰ ਰਲਣ ਚ ਕੋਈ ਦੁੱਖ ਨਹੀਂ ਸਾਨੂੰ ਨਾਲ ਰਹਿਣ ਚ ਕੋਈ ਪ੍ਰੋਬਲਮ ਨਹੀਂ ਪਰ ਅਸੀਂ ਇੱਕੋ ਹੀ ਗੱਲ ਕਹਿਣਾ ਯਾਰ ਬਰਾਬਰ ਦਾ ਦਰਜਾ ਹਾਂ ਇਹ ਤਾਂ ਗੱਲ ਤੁਹਾਡੀ ਜ਼ਹਿਨ ਤੇ ਅਸਰ ਹੈ ਬਲੂ ਸਟਾਰ ਆਪਰੇਸ਼ਨ ਦਾ 1984 ਕਿਹਦੇ ਤੇ ਨਹੀਂ ਹੈਗਾ ਜੀ ਹਾਂ 84 ਬੇਸ਼ੱਕ ਮੈਨੂੰ ਲੋਕ ਕਈ ਵੀ ਗਏ ਤੂੰ ਕਾਂਗਰਸ ਪਾਰਟੀ ਜੁਆਇਨ ਕੀਤੀ ਪਰ ਪਾਰਟੀ ਜ਼ਰੂਰ ਜੁਆਇਨ ਕਰੀਏ ਜਿੱਥੇ ਸਾਡੀ ਗੱਲ ਸਹੀ ਸੀ ਉੱਥੇ ਸਹੀ ਕਵਾਂਗੇ ਜਿੱਥੇ ਗਲਤ ਸੀ ਉੱਥੇ ਗਲਤ ਸੋ ਉਦੋਂ ਉਹ ਗਲਤੀ ਹੋਈ ਕਿੰਨੇ ਬੰਦਿਆਂ ਦਾ ਨੁਕਸਾਨ ਹੋਇਆ ਕਿੰਨੇ ਬੰਦੇ ਮਾਰੇ ਗਏ ਫਿਰ ਉਦੋਂ ਬਾਅਦ ਪ੍ਰਾਈਮ ਮਿਨਿਸਟਰ ਮਾਰੀ ਗਈ ਸੋ ਕੀ ਹੋਇਆ ਸਾਰਾ ਮਾਹੌਲ ਕੀ ਪੈਦਾ ਕੀਤਾ ਗਿਆ ਦੇਸ਼ ਦੇ ਵਿੱਚ ਜਿਹੜੇ 84 ਦੇ ਦੰਗੇ ਹੋਏ ਸੀ ਉਦੋਂ ਬਾਅਦ ਸਾਡਾ ਕਿੰਨਾ ਨੁਕਸਾਨ ਹੋਇਆ ਅੱਜ ਮੈਂ ਕਹਿੰਦਾ ਜੋ ਚੀਜ਼ਾਂ ਨਾ ਹੁੰਦੀਆਂ ਜੇ ਘੱਟੋ ਘੱਟ ਪੰਜਾਬ 60-70 ਸਾਲ ਅੱਗੇ ਹੁੰਦਾ ਇਕਨੋਮਿਕਲੀ ਤੇ ਸਾਡਾ ਇੰਨਾ ਨੁਕਸਾਨ ਹੋ ਗਿਆ ਯਾਰ ਨਾ ਸਾਡੇ ਤੇ ਉਹ ਚੀਜ਼ਾਂ ਤੰਜ ਦਾ ਸਾਹਮਣਾ ਕਰਨਾ ਪੈਂਦਾ ਜੋ ਅੱਜ ਸਾਨੂੰ ਸਾਰਿਆਂ ਨੂੰ ਕਹਿ ਦਿੰਦੇ ਨੇ ਕੀ ਕਹਿ ਦਿੰਦੇ ਖਾਲਿਸਤਾਨੀ ਕਹਿ ਦਿੰਦੇ ਨੇ ਇਹ ਖਾਲਿਸਤਾਨੀ ਜੀ ਖਾਲਿਸਤਾਨ ਦਾ ਮਤਲਬ ਕੀ ਹੈ ਅਜੇ ਲੋਕਾਂ ਨੂੰ ਇਹ ਨਹੀਂ ਸਮਝ ਆਇਆ ਹਾਂ ਯਾਰ ਇਹ ਵੀ ਪਤਾ ਚੱਲੇ ਖਾਲਿਸਤਾਨ ਦਾ ਮਤਲਬ ਇਹ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਸੀ ਉਹ ਰਾਜ ਉਹ ਜੇ ਲੋਕ ਜੋ ਗੁਰੂ ਤੋਂ ਡਰਦੇ ਹੋਣ ਜੋ ਸੱਚੇ ਪਾਤਸ਼ਾਹ ਤੋਂ ਇੱਕ ਸੱਚੀ ਦਸਾਂਹਾਂ ਦੀ ਕਮਾਈ ਕਰਦੇ ਹੋਣ ਉਸ ਦੇ ਫੈਸਲੇ ਨੂੰ ਸਰਵਉੱਚ ਮੰਨਦੇ ਹੋਣ ਉਹਦੇ ਭਾਣੇ ਤੋਂ ਬਿਨਾਂ ਕੋਈ ਪੱਤਾ ਵੀ ਨਾ ਹਿਲਦਾ ਹੋਵੇ ਅਸੀਂ ਖਾਲਿਸਤਾਨ ਉਸ ਚੀਜ਼ ਨੂੰ ਮੰਨਦੇ ਕੀ ਇਹੋ ਜਿਹਾ ਖਾਲਿਸਤਾਨ ਕੋਈ ਮਾੜੀ ਗੱਲ ਹੈ ਸੋ ਵੀ ਪਤਾ ਹੀ ਨਹੀਂ ਕਈਆਂ ਚੀਜ਼ਾਂ ਪ੍ਰੋਪੋਗੰਡਾ ਸ਼ਾਮਿਲ ਹੋ ਗਏ ਕਦੇ ਕੁਛ ਸ਼ਾਮਿਲ ਹੋ ਗਿਆ ਮੈਨੂੰ ਵੀ ਮੈਂ ਕਿਤਾਬਾਂ ਪੜ੍ਹਦਾ ਕਿਉਂਕਿ ਮੈਨੂੰ ਵੀ ਇੰਨਾ ਗਿਆਨ ਨਹੀਂ ਇਹਨਾਂ ਚੀਜ਼ਾਂ ਬਾਰੇ ਪਰ ਜਿੱਥੋਂ ਤੱਕ ਮੈਂ ਸਮਝਦਾ ਕਿ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਕਾਇਮ ਹੋਵੇ ਧਰਮ ਨਿਰਪੱਖ ਸਾਰੇ ਹਿੰਦੂ ਮੁਸਲਮਾਨ ਭਰਾ ਜਦੋਂ ਮੈਂ ਅੱਜ ਕਿਤੇ ਆ ਸ਼ਿਵ ਸੈਨਾ ਦੀ ਸਿੰਘਾਂ ਦੀ ਲੜਾਈ ਦੇਖਦਾ ਵੀ ਇਹਦੇ ਕੌਣ ਕਰਵਾ ਰਿਹਾ ਸਿਰਫ 2-3 ਲੋਕ ਸੋ ਵੀ ਸਾਨੂੰ ਲੋੜ ਹੈ ਵੀ ਇਹੋ ਜਿਹਾ ਸਿਸਟਮ ਪੈਦਾ ਕਰਨ ਦੀ ਖਾਲਸ ਦਾ ਮਤਲਬ ਹੈ ਪਿਓਰ ਸਥਾਨ ਦਾ ਮਤਲਬ ਹੈ ਪਲੇਸ ਕਿਆ ਬਾਤ ਹੈ ਪਿਓਰ ਤੇ ਯਾਨੀ ਕਿ ਇੱਕ ਸੁੱਚੀ ਜਗ੍ਹਾ ਸੁੱਚੀ ਜਗ੍ਹਾ ਕਿਹਨੇ ਬਣਾਉਣੀ ਹੈ ਉਹ ਸੀ ਆਪ ਬਣਾਉਣੀ ਹੈ ਸੰਤਾਂ ਬਾਰੇ ਕੀ ਓਪੀਨੀਅਨ ਰੱਖਦੇ ਹੋ ਕਿਉਂਕਿ ਇੱਕ ਬਹੁਤ ਵੱਡਾ ਹਿੱਸਾ ਦੇਸ਼ ਦਾ ਉਹਨਾਂ ਨੂੰ ਅੱਤਵਾਦੀ ਕਹਿ ਕੇ ਸੱਦਦਾ ਹੈ ਅਸੀਂ ਬੈਠ ਕੇ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਨੂੰ ਸੰਤ ਕਹਿੰਦੇ ਆ ਸਿੱਧੂ ਮੂਸੇ ਵਾਲਾ ਕੀ ਓਪੀਨੀਅਨ ਰੱਖਦਾ ਮੇਰੇ ਲਈ ਜੋ ਤੁਹਾਡਾ ਓਪੀਨੀਅਨ ਹੈ ਮੇਰੇ ਲਈ ਉਹੀ ਓਪੀਨੀਅਨ ਹੈ ਜੀ ਬਈ ਸਰਦਾਰ ਏ ਮੇਰੇ ਮੁਤਾਬਿਕ ਜੋ ਸਾਡੇ ਲਈ ਮਰਿਆ ਯਾਰ ਸਾਡਾ ਤਾਂ ਪੁਰਖਾ ਸੀ ਨਾ ਅਸੀਂ ਤਾਂ ਉਹਦੀ ਇੱਜ਼ਤ ਨਹੀਂ ਕਰਦੇ ਕੀ ਕਦੇ ਜਦੋਂ ਤੁਸੀਂ ਨੈਸ਼ਨਲ ਲੈਵਲ ਤੇ ਵਿਚਰਦੇ ਹੋ ਹੁਣ ਤੁਹਾਡੇ ਗੀਤ ਨੂੰ ਲੈ ਕੇ ਵੀ ਕੰਟਰੋਵਰਸੀ ਹੋਈ ਆ 4 ਤਰੀਕ ਨੂੰ ਸ਼ਾਇਦ ਤੁਹਾਡਾ ਇੱਕ ਸ਼ੋਅ ਹੈ ਉਹਨੂੰ ਲੈ ਕੇ ਵੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਲਿਖਿਆ ਇਹ ਹਾਂ ਇਹ ਬਹੁਤ ਵਧੀਆ ਗੱਲ ਕੀਤੀ ਤੁਸੀਂ 4 ਤਰੀਕ ਵਾਲਾ ਸ਼ੋਅ 4 ਜੂਨ ਦਾ 4 ਜੂਨ ਵਾਲਾ ਅਸੀਂ ਸਿਰਫ ਉਹੀ ਚੀਜ਼ਾਂ ਸੋਚਦੇ ਹਾਂ ਜੋ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਹਾਂ 4 ਜੂਨ ਤਰੀਕ ਨੂੰ ਤਾਂ ਜੀ ਆਹ ਦਿਨ ਹੋਇਆ ਸੀ ਤੁਸੀਂ ਛੱਡ ਦਿਓ ਤੁਸੀਂ ਰੋਟੀ ਖਾਣੀ ਕਿਉਂ ਨਹੀਂ ਛੱਡਦੇ ਬਈ ਤੁਸੀਂ ਉਹਦੇ ਰੋਟੀ ਕਿਉਂ ਖਾਂਦੇ ਹੋ 4-5 ਦਿਨ ਰੱਖੋ ਵਰਤ ਮੈਂ ਰੱਖਦਾ ਬਰਾਬਰ ਤੁਹਾਡੇ ਅੱਜ ਕਿਆ ਸਿਰਫ ਧਰਮ ਦੀ ਭਾਵਨਾ ਪੋਸਟਾਂ 'ਚ ਸ਼ੋਅ ਕਰਨੀ ਹੁੰਦੀ ਹੈ ਸਾਡਾ ਸਭ ਤੋਂ ਵੱਡਾ ਧਰਮ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਡੇ ਧਰਮ ਦੀ ਯਾਨੀ ਕਿ ਜਿਹੜੀ ਮੇਨ ਨਹੀਂ ਹੈ ਉਹ ਕਹਿੰਦੇ ਆ ਕਰਮ ਹੀ ਧਰਮ ਹੈ ਕੋਈ ਸ਼ੱਕ ਨਹੀਂ ਸਭ ਤੋਂ ਵੱਡਾ ਗੁਰੂ ਹੈ ਤੁਹਾਡਾ ਤੇ ਯਾਰ ਕਿਰਤ ਨੂੰ ਤੁਸੀਂ ਠੇਡਾ ਮਾਰਦੇ ਹੋ ਚਲੋ ਮੈਂ ਸ਼ੋਅ ਨਹੀਂ ਲਾਉਂਦਾ ਠੀਕ ਹੈ ਮੇਰਾ ਪਹਿਲੀ ਵਾਰੀ ਮੇਰੇ ਗਾਣੇ ਚਲੋ ਕਿਸੇ ਬੰਦੇ ਨੇ ਕਈ ਵਾਰੀ ਧਿਆਨ ਚ ਨਹੀਂ ਰਹਿੰਦਾ ਜੇ ਕੰਮ ਧੰਦੇ ਕਰਦੇ ਹੁੰਦੇ ਆ ਕਈ ਬੰਦਿਆਂ ਦੇ ਉਹ ਸ਼ੋਅ ਬੁੱਕ ਹੋ ਗਿਆ ਉਹਦੀ ਕਿਸੇ ਦੀ ਯਾਰ ਕਮਾਈ ਜੁੜੀ ਉਸ ਨਾਲ ਐਡਾ ਵੱਡਾ ਆਪਰੇਟਿਵ ਸਿਸਟਮ ਪਹਿਲਾਂ 40-50 ਲੱਖ ਰੁਪਏ ਉਹ ਮੈਨੂੰ ਦੇਊਗਾ ਫਿਰ ਉਹ ਲੋਕਾਂ ਦਾ ਰੇਜ ਕਰੋ ਯਾਰ ਕਿੰਨੇ ਲੋਕਾਂ ਦੀ ਰੋਟੀ ਜੁੜੀ ਹੈ ਤੁਸੀਂ ਕਿਸੇ ਦੀ ਕਿਰਤ ਮਾਰ ਕੇ ਧਰਮ ਨੂੰ ਸੇਵ ਕਰਨ ਦੀਆਂ ਗੱਲਾਂ ਕਰਦੇ ਹੋ ਤੇ ਕੌਣ ਕਰ ਰਿਹਾ ਉਹ ਸੋਸ਼ਲ ਮੀਡੀਆ ਵਾਲਾ ਢਾਈ ਦਾ ਦਵਾਨੀ ਦਾ ਬੰਦਾ ਜਿਹਨੂੰ ਇਹ ਨਹੀਂ ਪਤਾ ਆਪਦੇ ਘਰੇ ਰੋਟੀ ਮਿਲਦੀ ਉਹ ਪਤਾ ਨਹੀਂ ਕਿ ਨਹੀਂ ਮਿਲਦੀ
ਉਹ ਲੋਕਾਂ ਨੂੰ ਦੱਸ ਰਿਹਾ ਵੀ ਤੁਸੀਂ ਆਹ ਨਾ ਕਰੋ, ਕੋਈ ਬਾਣਾ ਪਾ ਕੇ ਗੱਲ ਦੱਸ ਰਿਹਾ ਵੀ ਜੀ ਤੁਸੀਂ ਐਂ ਨਾ ਕਰੋ, ਐਂ ਐਂ ਹੋ ਜਾਓ। ਯਾਰ ਤੁਸੀਂ ਕੌਣ ਸਾਨੂੰ ਸਿਖਾਉਣ ਵਾਲੇ? ਤੇ ਤੁਸੀਂ ਸਾਨੂੰ ਦੱਸੋਗੇ ਸਾਡੇ ਧਰਮ ਦੀ ਇੱਜ਼ਤ ਕਿਵੇਂ ਕਰਨੀ ਹੈ? ਮੇਰਾ ਇਹੀ ਰੌਲਾ 295 ਗਾਣੇ 'ਚ ਸੀ, ਉਹ ਬਾਈ ਜੀ ਨਫ਼ਰਤ ਨਾ ਫੈਲਾਓ, ਮੇਰੇ ਸਿਰ ਤੇ ਕੇਸ ਨੇ, ਮੇਰੇ ਸਿਰ ਤੇ ਪੱਗ ਹੈ, ਮੈਂ ਪੱਗ ਦੀ ਗੱਲ ਕਰਦਾ, ਮੈਂ ਲੋਕਾਂ ਨੂੰ ਦੱਸਦਾ ਵੀ ਮੇਰੇ ਜਦੋਂ ਗੋਰਿਆਂ ਕਾਲਿਆਂ ਜਾਂਦਾ ਵੀ ਆਹ ਭਾਈ ਪੱਗ ਹੈ ਸਾਡੀ, ਅਸੀਂ ਸਿੰਘ ਹਾਂ, ਸਿੱਖ ਹਾਂ, ਸਾਡੇ ਨਾਮ ਭਾਵੇਂ ਅਸੀਂ ਪੂਰੇ ਬਾਣੇ 'ਚ ਨਹੀਂ ਪਰ ਇਹਨੂੰ ਪੱਗ ਕਹਿੰਦੇ ਆ, ਹਨਾ, ਤੇ ਸਾਡੀ ਕੌਮ ਨੂੰ ਸਿੱਖ ਕਹਿੰਦੇ ਆ। ਤੁਸੀਂ ਸਾਨੂੰ ਇਹਨਾਂ ਗੱਲਾਂ ਕਰਕੇ ਸਾਡੇ ਤੇ ਸਾਡੇ ਗੁਰੂ ਵਿਚਾਲੇ ਨਫ਼ਰਤ ਨਾ ਪੈਦਾ ਕਰੋ। ਸਾਨੂੰ ਪਤਾ ਸਾਡਾ ਗੁਰੂ ਕਿਹੋ ਜਿਹਾ ਤੇ ਸਾਡੇ ਗੁਰੂ ਨੂੰ ਪਤਾ ਅਸੀਂ ਕਿਹੋ ਜਿਹੇ, ਠੀਕ ਹੈ। 100 ਕਮੀਆਂ ਹੋਣਗੀਆਂ, ਮੈਂ ਗਲਤੀਆਂ ਕਰਦਾ ਹੋਊਗਾ, ਕਦੇ ਇੱਕ ਅਕੇਜ਼ਨਲੀ ਪੈਗ ਵੀ ਲਾ ਲੈਂਦਾ ਹੋਊਗਾ, ਕਦੇ ਕੁਛ ਹੋਰ ਵੀ ਕਰ ਲੈਂਦਾ, ਪਰ ਉਹਨੂੰ ਪਤਾ ਕਿ ਮੇਰਾ ਸਤਿਕਾਰ ਤਾਂ ਕਰਦਾ ਯਾਰ। ਸੋ ਸਾਡੇ ਵਿਚਾਲੇ ਤੇ 100 ਬੰਦਾ ਰਿਹਾ ਵੀ ਜਿਹਨੇ ਕਦੇ ਕਿਸੇ ਵੀ ਲੈਣੇ ਦੇਣੇ ਚ ਨੀ ਯਾਰ, ਜਿਹੜਾ ਬੰਦਾ ਜਿਹਨੂੰ ਪਿੰਡ ਤੋਂ ਬਾਹਰ ਤੱਕ ਨੀ, ਉਹ ਸਾਨੂੰ ਧਰਮ ਦਾ ਗਿਆਨ ਦਿੰਦਾ। ਅਸੀਂ ਤਾਂ ਇਹ ਪੁੱਛਣਾ ਵੀ ਤੁਸੀਂ ਕਿੰਨੇ ਕੁ ਘੈਂਟ ਹੋ ਯਾਰ, ਜੇ ਤੁਸੀਂ ਸਾਨੂੰ ਦੱਸੋਗੇ। ਸਾਡਾ ਵੀ ਗੁਰੂ ਹੈ, ਸਾਡਾ ਵੀ ਸਾਰਾ ਕੁਛ ਲੱਗਦਾ, ਅਸੀਂ ਵੀ ਇੱਜ਼ਤ ਕਰਦੇ ਹਾਂ ਯਾਰ। ਉਹੀ ਮੈਂ ਗੱਲ ਕਹਿਣੀ ਚਾਹੁੰਦਾ ਵੀ ਭਾਈ ਨਫ਼ਰਤ ਦੀ ਰਾਜਨੀਤੀ ਨਾ ਕਰੋ। ਤੁਹਾਨੂੰ ਕਦੇ ਕਦੇ ਇਹ ਨੀ ਲੱਗਦਾ ਕਿ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੇ ਕਮੈਂਟਾਂ ਚ ਜ਼ਿਆਦਾ ਉਲਝ ਜਾਂਦੇ ਹੋ? ਜਿਵੇਂ ਜਿਹੜੇ ਤੁਹਾਡੇ ਲੈਵਲ ਤੇ ਜਿੰਨੇ ਪੰਜਾਬ ਦੇ ਸਟਾਰ ਦੁਨੀਆ ਪੱਧਰ ਤੇ ਗਏ, ਚਾਹੇ ਉਹ ਦਿਲਜੀਤ ਨੇ, ਬੱਬੂ ਮਾਨ ਨੇ, ਮੇਰੇ ਖਿਆਲ ਉਹ ਇਗਨੋਰ ਕਰਦੇ ਆ ਬਹੁਤ ਜ਼ਿਆਦਾ, ਉਹ ਕਦੇ ਕਮੈਂਟਾਂ ਚ ਜਾਂ ਉਹ ਬਹੁਤ ਜ਼ਿਆਦਾ ਇਸ ਤਰ੍ਹਾਂ ਚ ਨਹੀਂ ਪੈਂਦੇ, ਤੁਹਾਨੂੰ ਕਦੇ ਮਹਿਸੂਸ ਹੁੰਦਾ ਕਿ ਤੁਸੀਂ ਜ਼ਿਆਦਾ ਦਿਲ ਤੇ ਲਾ ਲੈਂਦੇ ਹੋ ਗੱਲਾਂ ਨੂੰ? ਨਹੀਂ, ਮੈਨੂੰ ਕਦੇ ਕਦੇ ਇਹ ਮਹਿਸੂਸ ਹੁੰਦਾ ਵੀ ਆਪਾਂ ਥੋੜਾ ਜਿਹਾ ਲਹਿਰੇ ਚੱਲਦੇ ਹਾਂ ਲੋਕਾਂ ਤੋਂ। ਸਰ ਨੂੰ ਤਾਂ ਮੇਰਾ ਵੀ ਸਰ ਸਕਦਾ, ਮੈਂ ਵੀ ਕਹਾਂ ਬਾਈ ਜੀ ਡਰਾਮਾ ਕਰਨਾ, ਇਗਨੋਰ ਵੀ ਕੀਤਾ ਜਾ ਸਕਦਾ ਜਾਂ ਪੋਸਟ ਦੇਖ ਕੇ ਇਗਨੋਰ ਕੀਤੀ ਜਾ ਸਕਦੀ। ਮੈਂ ਤੁਹਾਨੂੰ ਗੱਲ ਦੱਸਦਾ ਬਾਈ ਜੀ, ਇੱਕ ਹਰੇਕ ਦਾ ਆਪਣਾ ਸੁਭਾਅ ਹੁੰਦਾ। ਹੁਣ ਸਾਡੇ ਜਿਹੜੇ ਜਿੰਨੇ ਸਟਾਰਾਂ ਦੇ ਤੁਸੀਂ ਨਾਮ ਲੈਂਦੇ ਹੋ, ਉਹਨਾਂ ਚੋਂ ਕਦੋਂ ਸਟਾਰ ਅਮਰੀਕਾ ਬੈਠੇ ਨੇ, ਕੋਈ ਇੰਗਲੈਂਡਾ ਬੈਠਾ, ਉਹਨਾਂ ਨੂੰ ਉਵੇਂ ਠੀਕ ਲੱਗਦਾ? ਠੀਕ ਹੈ, ਮੈਂ ਉਹ ਉਸ ਵਾਲੀ ਮੈਂ ਤੁਹਾਡੇ ਮੂੰਹੋਂ ਉਹਨਾਂ ਬਾਰੇ ਕੋਈ ਸ਼ਬਦ ਨਹੀਂ ਬਣਾਉਣਾ ਚਾਹੁੰਦਾ। ਮੈਂ ਇਹੀ ਗੱਲ, ਮੇਰਾ ਸਿਰਫ ਇੱਕ, ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ, ਮੈਂ ਸਿਰਫ ਇਹ ਪੁੱਛ ਰਿਹਾ ਕਿ ਕਈ ਵਾਰ ਤੁਹਾਨੂੰ ਇਹ, ਕਿਉਂਕਿ ਅਸੀਂ ਵੀ ਜਦੋਂ ਪੱਤਰਕਾਰੀ ਕਰਦੇ ਹਾਂ ਜੇ 2-4 ਲੋਕ ਕਮੈਂਟ ਕਰਦੇ ਤਾਂ ਕਈ ਵਾਰੀ ਅਸੀਂ ਇਗਨੋਰ ਕਰਦੇ ਹਾਂ, ਤੁਹਾਨੂੰ ਕਦੇ ਮਹਿਸੂਸ ਹੁੰਦਾ ਕਿ ਤੁਸੀਂ ਸ਼ਾਇਦ ਦਿਲ ਤੇ ਲਾ ਲੈਂਦੇ ਹੋ? ਹੁਣ ਮੈਂ ਜੇ ਆਪਾਂ ਲੈ ਉਹੀ ਲੈ, ਹੁਣ ਜਿਹੜੇ ਕਲਾਕਾਰ ਤੁਸੀਂ ਗੱਲ ਕਰੋ, ਮੈਂ ਉਹਨਾਂ ਬਾਰੇ ਕੁਛ ਬੈਡ ਨਹੀਂ ਕਹਿ ਰਿਹਾ ਵੀ ਉਹਨਾਂ ਨੇ ਇਲੈਕਸ਼ਨ ਲੜੀ ਨਹੀਂ ਲੜੀ, ਕਿ ਉਹ ਆਪਦੇ ਪਿੰਡ ਰਹੇ ਨਹੀਂ ਰਹੇ, ਕਿ ਉਹ ਆਪਦੇ ਲੋਕਾਂ ਨਾਲ ਵਰਤ ਰਿਹਾ ਨਹੀਂ ਵਰਤ ਰਿਹਾ। ਸੋ ਹਰੇਕ ਦਾ ਆਪੋ ਆਪਣਾ ਸੁਭਾਅ ਹੈ ਜੀ, ਅਸੀਂ ਇਸ ਚੀਜ਼ ਨੂੰ ਨਹੀਂ ਛੱਡ ਸਕਦੇ ਜਿੱਥੋਂ ਅਸੀਂ ਗਏ ਹਾਂ, ਨਹੀਂ ਛੱਡ ਸਕਦੇ ਯਾਰ। ਨਹੀਂ ਰਹਿ ਹੁੰਦਾ ਅਸੀਂ ਬੋਲ ਦਿੰਦੇ ਹਾਂ, ਕਈ ਬੰਦੇ ਮੈਨੂੰ ਕਹਿੰਦੇ ਆ ਤੂੰ ਕਾਂਗਰਸ ਜੁਆਇਨ ਕਰ ਲਈ, ਤੇਰੇ ਟਵਿੱਟਰ ਤੇ ਤਾਂ ਫੋਟੋ 7 ਲੱਗੀ ਹੋਈ ਹੈ। ਮੈਂ ਯਾਰ ਲਾਹੀ ਤਾਂ ਨਹੀਂ ਮੈਂ, ਜੇ ਤਾਂ ਮੈਂ ਪਾਰਟੀ ਜੁਆਇਨ ਕਰਕੇ ਫੋਟੋ ਲਾ ਤੀ ਵੀ ਚੱਕ ਬਈ ਬਾਬਾ ਆਪਣਾ ਰਿਸ਼ਤਾ ਨਿਬੜਿਆ, ਇਹ ਤੋਂ ਬਾਅਦ ਫਿਰ ਮੇਰੀ ਮਾੜੀ ਗੱਲ ਸੀ, ਮੈਨੂੰ ਲੱਗੀ ਹੈ ਯਾਰ। ਕੀ ਕਿਸੇ, ਜੇ ਕਿਸੇ ਦੀ ਤੁਸੀਂ ਇੱਜ਼ਤ ਕਰਦੇ ਹੋ ਕੀ ਉਹ ਗੁਨਾਹ ਹੈ ਕਿਸੇ ਦੀ ਇੱਜ਼ਤ ਕਰਨਾ? ਠੀਕ ਹੈ ਯਾਰ ਤੁਹਾਨੂੰ ਮਾੜਾ ਲੱਗਦਾ ਹੋ, ਮੈਨੂੰ ਨਹੀਂ ਮਾੜਾ ਲੱਗਦਾ, ਤੁਸੀਂ ਮੇਰੀ ਸੋਚ ਬਦਲ ਕਿਵੇਂ ਸਕਦੇ ਹੋ? ਮੇਰੇ ਨਾਲ ਬੜੇ ਲੈਵਲ ਤੇ ਇਸ ਚੀਜ਼ ਤੇ ਵਿਤਕਰਾ ਹੋਇਆ ਵੀ ਸਿੱਧੂ ਦੇ ਕਰੈਕਟਰ ਦਾ ਫੋਟੋ ਲੱਗੀ ਆਪਾਂ ਨੇ ਇਹਨੂੰ ਵੋਟ ਪਾਉਣੀ। ਮੈਂ ਠੀਕ ਹੈ ਬਾਈ ਨਹੀਂ ਪਾਓ, ਕੋਈ ਦਿੱਕਤ ਵਾਲੀ ਗੱਲ ਨਹੀਂ, ਇਹ ਚੀਜ਼ਾਂ ਵੀ ਬਹੁਤ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਵਿਚਰਦੇ ਹੋ ਸਮਾਜ 'ਚ। ਪਰ ਠੀਕ ਹੈ ਯਾਰ ਮੈਨੂੰ ਲੱਗਦਾ ਸੀ ਮੈਂ ਕਰ ਲਿਆ, ਮੈਂ ਕਿਸੇ ਤੇ ਥੋਪ ਤਾਂ ਨਹੀਂ ਰਿਹਾ। ਜੇ ਮੇਰੇ ਤੇ ਲੱਗੀ ਹੈ ਮੈਂ ਤੁਹਾਨੂੰ ਤਾਂ ਨਹੀਂ ਕਹਿ ਰਿਹਾ ਤੁਸੀਂ ਵੀ ਲਾਓ, ਠੀਕ ਹੈ ਮੈਨੂੰ ਠੀਕ ਲੱਗ ਰਹੀ ਹੈ ਮੈਂ ਲਾਈ। ਯਾਰ ਹਰੇਕ ਦੀ ਆਪਣੀ ਫਰੀਡਮ ਹੈ, ਮੈਂ ਬੋਲ ਰਿਹਾ ਅੱਜ ਖੁੱਲ ਕੇ ਬੋਲ ਰਿਹਾ, ਬੜੇ ਬੜੇ ਬੰਦੇ ਤੇ ਟੌਪਿਕ ਤੇ ਗੱਲ ਕਰਕੇ ਰਾਜੀ ਨਹੀਂ ਅਨਕੰਪਲੀਟ ਕੀਤੀ ਵੀ ਨੁਕਸਾਨ ਜੇ ਹੋਇਆ ਸਾਡਾ ਹੋਇਆ ਤਾਂ ਉਹਨਾਂ ਦਾ ਵੀ ਹੋਇਆ, ਸੌਖਾ ਕੋਈ ਨੀਂ, ਨੁਕਸਾਨ ਕਿਹਦਾ ਹੋਇਆ ਸਾਡਾ ਹੀ ਹੋਇਆ ਯਾਰ। ਸੋ ਅਸੀਂ ਚਾਹੁੰਦੇ ਹਾਂ, ਉਹੀ ਗੱਲ ਮੇਰੀ ਇਨਕੰਪਲੀਟ ਸੀਗੀ ਵੀ ਭਾਈ ਅਸੀਂ ਚਾਹੁੰਦੇ ਹਾਂ ਇੱਕ ਖੁਸ਼ਹਾਲ ਦੇਸ਼, ਚੰਗੇ ਲੋਕ, ਸਾਰੇ ਧਰਮਾਂ ਦੀ ਇੱਜ਼ਤ, ਬਰਾਬਰ ਦੀ ਪ੍ਰਭੂਸੱਤਾ, ਸਾਰਿਆਂ ਸੋਵਰੇਨਿਟੀ ਹਰੇਕ ਕੌਮ ਦੀ, ਹਰੇਕ ਬੰਦਾ ਇੱਜ਼ਤ ਕਰੇ। ਇਹ ਨਹੀਂ ਕੋਈ ਹਿੰਦੂ ਆ, ਕੋਈ ਮੁਸਲਮਾਨ ਹੈ, ਕੋਈ ਸਿੱਖਾਂ ਯਾਰ, ਸਾਰੇ ਭਰਾ ਆਪਾਂ। ਵੀ ਤੁਸੀਂ ਏਦਾਂ ਕਿਉਂ ਨਹੀਂ ਰੱਖ ਸਕਦੇ ਕਿ ਸਾਨੂੰ ਖਾਲਿਸਤਾਨ ਦੀ ਹਿੰਦੁਸਤਾਨ ਦੀ ਜੰਗ ਚ ਪਾਉਣਾ ਜ਼ਰੂਰੀ ਹੈ? ਧਰਨੇ ਤੇ ਜਾਂਦੇ ਹੋ ਤਾਂ ਖਾਲਿਸਤਾਨੀ, ਬਾਰਡਰ ਤੇ ਜਾਂਦੇ ਤਾਂ ਦੇਸ਼ ਭਗਤ, ਵੀ ਇਹੋ ਜਿਹੇ ਮਾਪਦੰਡਾਂ ਚੋਂ ਯਾਰ ਸਾਨੂੰ ਕੱਢ ਦਿਓ। ਹਰ ਪਾਸੇ ਮਤਲਬ ਕਿ ਅਲੱਗ ਅਲੱਗ ਨਾਂ ਦੇ ਦਿੰਦੇ ਆ ਨਾ, ਅਲੱਗ ਅਲੱਗ ਰੰਗ। ਅਸੀਂ ਤਾਂ ਖੁਸ਼ ਆ ਭਾਈ ਇੱਥੇ ਰਹਿ ਕੇ, ਅਸੀਂ ਜਿਹੜੇ ਘਰ ਜੇ ਅਸੀਂ ਦੇਸ਼ ਰਹਿਣਾ ਉਹਨੇ ਛੱਡ ਦਿੰਦੇ, ਉੱਥੇ ਜਾ ਕੇ ਬਾਰਡਰ ਤੋਂ ਬਾਹਰ ਜਾ ਕੇ ਮੈਂ ਵੀ ਨਾਰੇ ਲਾ ਸਕਦਾ ਸੀ ਜਿਵੇਂ ਮੁਲਖਾ ਟੱਪ ਕੇ ਲਾਉਂਦੇ ਨੇ ਵੀ ਅਸੀਂ ਜੀ ਫਲਾਨਾ ਸੰਤਰੀ ਫੋਟੋ, ਉੱਥੇ ਵੀ ਜਾ ਕੇ ਅਸੀਂ ਇੱਥੇ ਵੀ ਲਈ ਬੈਠੇ ਹਾਂ ਯਾਰ। ਠੀਕ ਹੈ, ਜਿਹਦੀ ਇੱਜ਼ਤ ਕਰਦੇ ਹਾਂ ਯਾਰ ਅਸੀਂ ਕਰਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਕਿਸੇ ਦੇ ਖਿਲਾਫ ਹਾਂ, ਕਿਸੇ ਧਰਮ ਦੇ, ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਸਾਰਿਆਂ ਨੂੰ ਪਿਆਰ ਕਰਦੇ ਹਾਂ, ਤੇ ਸਾਡਾ ਧਰਮ ਸਾਨੂੰ ਇਹੀ ਜਾਂਚ ਦਿੰਦਾ ਵੀ ਗਿਆਨ ਹੀ ਗੁਰੂ ਹੈ। ਜਿੰਨਾ ਚਿਰ ਤੁਸੀਂ ਗਿਆਨ ਤੋਂ ਵਾਂਝੇ ਓਨਾ ਚਿਰ ਤੁਹਾਡਾ ਕੋਈ ਤੁਸੀਂ ਸਿੱਖ ਨਹੀਂ, ਕੋਈ ਤੁਸੀਂ ਹਿੰਦੂ ਨਹੀਂ।
ਤੁਸੀਂ ਕੁਛ ਵੀ ਨੀ, ਤੁਸੀਂ ਇਨਸਾਨ ਵੀ ਨੀ ਗਿਆ, ਸ਼ਬਦ ਗੁਰੂ ਜਿਵੇਂ ਸ਼ਬਦ ਗੁਰੂ ਸਾਡੇ ਤਾਂ ਯਾਨੀ ਕਿ ਸੋਲਲੀ ਅਸੀਂ ਉਸੇ ਚੀਜ਼ ਤੇ ਬੇਸਡ ਆ, ਸਾਡਾ ਕਿਸੇ ਧਰਮ ਨਾਲ ਕਿਸੇ ਪਾਰਟੀ ਨਾਲ ਕੋਈ ਵੱਖਰੇ ਮਾ ਨਹੀਂ। ਠੀਕ ਹੈ, ਬਲੂ ਸਟਾਰ ਹੋਇਆ ਤਾਂ ਬਲੂ ਸਟਾਰ ਦੇ ਕਮੀਆਂ ਜੇ ਸਾਨੂੰ ਭੁਗਤਣੀਆਂ ਪਈਆਂ ਤਾਂ ਉਹਨਾਂ ਨੂੰ ਵੀ ਭੁਗਤਣੀਆਂ ਪਈਆਂ। ਠੀਕ ਹੈ ਨਾ, ਸੋ ਇਹ ਚੀਜ਼ ਹੈ ਵੀ ਜੇ ਆਪਾਂ ਕਿਸੇ ਨੂੰ ਕਿਸੇ ਗਲਤ ਸਹੀ ਠਹਿਰਾਇਆ ਉਹ ਹਾਲਾਤ ਹੀ ਇਹ ਸੀ। ਇਸ ਪੂਰੇ ਕਿਰਦਾਰ ਚੋਂ, ਇਸ ਪੂਰੇ ਤੁਹਾਡੇ ਬਲੂ ਸਟਾਰ ਬਈ ਸੰਨ 1984 ਦੇ ਜਿਹੜੇ ਦੰਗੇ ਨੇ, ਮਤਲਬ ਉਹ ਸਵਾਲ ਹੋਇਆ 8 ਮਿੰਟਾਂ ਦਾ, 9 ਦਾ ਇੱਕ ਬਲੂ ਸਟਾਰ, ਬਲੂ ਸਟਾਰ ਓਪਰੇਸ਼ਨ ਜਿਹੜਾ ਹੋਇਆ ਸੀ, ਮਤਲਬ ਜਿਹੜਾ 1984 ਦੇ ਦੰਗੇ ਹੋਏ ਹਨ ਜਿਨ੍ਹਾਂ ਦੇ ਵਿੱਚ ਸਿੱਖਾਂ ਦਾ ਮਤਲਬ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ, ਉਹਨੂੰ ਬਲੂ ਸਟਾਰ ਕਹਿੰਦੇ, ਬਲੂ ਸਟਾਰ। ਮੈਂ ਕਿਹਾ 2-3 ਵਾਰੀ ਨਾ ਆਇਆ ਬਲੂ ਸਟਾਰ ਦਾ, ਨਾਲ 84 ਦੇ ਨਾਲ ਮੈਚ ਕਰਨ ਦੇ। ਹਾਂਜੀ, ਪਹਿਲੀ ਗੱਲ ਤਾਂ ਇਹ ਕਿ ਖਾਲਿਸਤਾਨ ਦੀ ਜਿਹੜੀ ਗੱਲ ਕਰਦੇ ਆ ਕਿ ਅਗਰ ਇੱਥੇ ਧਰਨੇ ਤੇ ਜਾਈਏ ਸਾਨੂੰ ਖਾਲਿਸਤਾਨੀ, ਬਾਰਡਰ ਤੇ ਜਾਈਏ ਤੇ ਦੇਸ਼ ਭਗਤ, ਯਾਰ ਇਹ ਗਲਤ ਗੱਲ ਹੈ ਯਾਰ। ਤੇ ਅੱਧਾ ਮੁਲਕ ਤਕਰੀਬਨ ਮਤਲਬ ਜਿਹੜਾ ਹੈ ਨਾ ਲਹਿੰਦਾ ਪਾਸਾ ਪੱਲੀ ਬਾਈ ਨੂੰ ਜਾਈਏ, ਪਰ ਸਾਡੇ ਇੱਧਰ ਪੰਜਾਬ ਛੱਡ ਕੇ ਤੇ ਭਰਨ ਤੁਰ ਜੇ ਦਰਿਆ ਲੰਘ ਕੇ ਸਾਰੇ ਹੀ, ਤੂੰ ਇਹਨਾਂ ਨੂੰ ਆਤੰਕਵਾਦੀ ਕਹਿੰਦੇ ਨੇ ਪੰਜਾਬੀਆਂ ਨੂੰ। ਕੌਣ ਕਹਿੰਦੇ ਨੇ? ਹਿੰਦੂ ਜਿਹੜੇ ਨੇ, ਜਿਹੜੇ ਕੱਟੜ ਹਿੰਦੂ ਨੇ, ਮਤਲਬ ਖਾਲਸ ਦਾ ਮਤਲਬ ਹੈ ਪਿਓਰ, ਪਿਓਰ ਤਿਸਤਾਨ ਦਾ ਮਤਲਬ ਹੈ ਪਲੇਸ, ਜਗ੍ਹਾ, ਮਤਲਬ ਇੱਕ ਪਿਓਰ ਤੇ ਸੁੱਚੀ ਜਗ੍ਹਾ। ਇਸੇ ਤਰ੍ਹਾਂ ਸਾਡਾ ਹੈ ਪਾਕਿਸਤਾਨ, ਪਾਕ ਤਿਸਤਾਨ ਦਾ ਮਤਲਬ ਹੈ ਜਗ੍ਹਾ, ਪਾਕ ਦਾ ਮਤਲਬ ਸਾਫ਼ ਤੇ ਪਿਓਰ। ਖਾਲਿਸਤਾਨ ਤੇ ਪਾਕਿਸਤਾਨ ਦੇ ਮਤਲਬ ਦੇਖੋ ਯਾਰ, ਪਾਕਿਸਤਾਨ ਤੇ ਖਾਲਿਸਤਾਨ ਸਥਾਨ ਜਗ੍ਹਾ ਜਗ੍ਹਾ ਨੂੰ ਕਹਿੰਦੇ ਨੇ। ਪਾਕਿਸਤਾਨ, ਪਾਕ ਮਤਲਬ ਕਿ ਸਾਫ, ਤੇ ਖਾਲਿਸਤਾਨ ਮਤਲਬ ਕਿ ਪਿਓਰ, ਹਿੰਦੁਸਤਾਨ ਮਤਲਬ ਕਿ ਹਿੰਦੂ ਦੀ ਰਹਿਣ ਦੀ ਜਗ੍ਹਾ। ਅਤੇ ਆਹ ਚੀਜ਼ਾਂ ਨੂੰ ਲੈ ਕੇ ਯਾਰ ਅਸੀਂ ਜਮਹੂਰੀਅਤ ਦਾ ਦੌਰ ਹੈ, ਇਸ ਦੌਰ ਵਿੱਚ ਨਹੀਂ ਦੇਖਿਆ ਜਾਂਦਾ ਕੌਣ ਕਿਹੜੀ ਲਾਈਨ 'ਤੇ ਚੱਲ ਰਿਹਾ ਕੌਣ ਕਿਹੜੀ 'ਤੇ, ਆਪਾਂ ਮਿਲ ਕੇ ਰਹਿਣਾ ਚਾਹੀਦਾ ਆਪਾਂ ਨੂੰ। ਇਹ ਨਹੀਂ ਹੋਣਾ ਚਾਹੀਦਾ ਕਿ ਯਾਰ ਇੱਕ ਵਤਨ, ਪਾਕਿਸਤਾਨ ਦੀ ਮਿਸਾਲ ਲੈ ਲਓ, ਹਿੰਦੂ, ਮੁਸਲਿਮ, ਸਿੱਖ, ਈਸਾਈ, ਇਸ ਤੋਂ ਇਲਾਵਾ ਮੈਨੂੰ ਮਜ਼ਹਬ ਦਾ ਨਹੀਂ ਪਤਾ ਹੈ, ਪਰ ਇਹ ਸਾਰੇ ਪਾਕਿਸਤਾਨ ਦੇ ਵਿੱਚ ਰਹਿੰਦੇ ਆ ਅਤੇ ਸਾਰੇ ਬਾਈ ਬਾਈ ਬਣ ਕੇ ਰਹਿੰਦੇ। ਉਹ ਸਾਡੇ ਆਪਣੇ ਪਿੰਡ 'ਚ ਰਹਿੰਦੇ ਬਾਈ, ਸਾਡੇ ਪਿੰਡ ਦੇ ਵਿੱਚ ਮੁਸਲਿਮ ਵੀ ਆਏ ਨੇ, ਸਾਡੇ ਪਿੰਡ 'ਚ ਈਸਾਈ ਵੀ ਆਏ ਨੇ, ਸਾਡੇ ਪਿੰਡ 'ਚ ਮਰਜਾਈ ਵੀ ਆਏ ਨੇ, ਸਾਡੇ ਪਿੰਡ 'ਚ ਸ਼ੀਏ ਵੀ ਆਏ ਨੇ, ਸਾਡੇ ਪਿੰਡ 'ਚ ਸੁੰਨੀ ਵੀ ਆਏ ਨੇ, ਸਾਡੇ ਪਿੰਡ 'ਚ ਭਾਬੀ ਵੀ ਆਏ ਨੇ, ਲੇਕਿਨ ਸਾਰੇ ਬਾਈ ਬਾਈ ਆ। ਅਤੇ ਬਾਈ ਜਦੋਂ ਇੱਕ ਪਲੇਸ 'ਚ ਰਹਿੰਦੇ ਹੋਈਏ ਨਾ, ਉਦੋਂ ਡਿਵਾਈਡੇਸ਼ਨ ਨਹੀਂ ਕਰੀਦੀ, ਨਹੀਂ ਤਾਂ ਅੰਦਰੋਂ ਅੰਦਰ ਖਤਮ ਹੁੰਦਾ ਫਿਰ ਬੰਦਾ। ਖੈਰ, ਅਗਲੇ ਪਾਰਟ 'ਚ ਦੇਖਾਂਗੇ, ਅਗਲਾ ਔਰ ਫਾਈਨਲ ਪਾਰਟ ਹੋਏਗਾ ਇਸ ਇੰਟਰਵਿਊ ਦਾ, ਫਿਰ ਇਸ ਤੋਂ ਬਾਅਦ ਨਤੀਜੇ 'ਤੇ ਪਹੁੰਚਾਂਗੇ ਕਿ ਇਹ ਮਰਨ ਤੋਂ ਪਹਿਲਾਂ ਜਿਹੜੀਆਂ ਗੱਲਾਂ ਕਰਕੇ ਗਏ, ਇਹ ਗੱਲਾਂ ਦਾ ਕੀ ਮਕਸਦ ਸੀ। ਅੱਜ ਦੀ ਵੀਡੀਓ ਲਈ ਮਿਸਰੋ ਇੰਨਾ ਹੀ, ਵੀਡੀਓ ਬਹੁਤ ਲੰਬੀ ਹੋ ਰਹੀ ਆ, ਆਪਾਂ ਮਿਲਾਂਗੇ ਅਗਲੀ ਵੀਡੀਓ, ਤਦ ਤੱਕ ਲਈ।